ਪਠਾਨਕੋਟ ਵਿਖੇ ਪਿੰਡ ਕੋਠੇ ਮਨਵਾਲ ਚ ਸਰਕਾਰੀ ਗਲੀ ਤੇ ਕੀਤਾ ਜਾ ਰਿਹਾ ਨਜਾਇਜ਼ ਕਬਜ਼ਾ। ਲੋਕ 4 ਮਹੀਨੇ ਤੋਂ ਪ੍ਰਸ਼ਾਸਨ ਅੱਗੇ ਲਗਾ ਰਹੇ ਨੇ ਗੁਹਾਰ ਤੇ ਕਰ ਰਹੇ ਨੇ ਇਨਸਾਫ ਦੀ ਮੰਗ। ਤੇ ਇਸੇ ਦੇ ਨਾਲ ਤੁਹਾਨੂੰ ਜਾਣਕਾਰੀ ਦੇ ਦਈਏ, ਪਠਾਨਕੋਟ ਸੁਜਾਨਪੁਰ ਰੋਡ ਤੇ ਪੈਂਦੇ ਪਿੰਡ ਕੋਠੇ ਮਨਵਾਲ ਚ ਇੱਕ ਘਰ ਦੇ ਮੈਂਬਰਾਂ ਵੱਲੋਂ ਪਿੰਡ ਦੇ ਲੋਕਾਂ ਦੇ ਆਉਣ ਜਾਣ ਵਾਲਾ ਰਸਤਾ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਗਲੀ ਚੋਂ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਲੋਕਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਅਤੇ ਗਾਲੀ ਗਲੋਚ ਵੀ ਕੀਤੀ ਜਾ ਰਹੀ ਹੈ। ਇਸੇ ਦੇ ਚਲਦੇ ਲੋਕਾਂ ਵਿੱਚ ਪ੍ਰਸ਼ਾਸਨ ਨੂੰ ਲੈ ਕੇ ਵੀ ਜੋ ਹੈ ਰੋਸ ਹੈ। ਉਹਨਾਂ ਦਾ ਕਹਿਣਾ ਹੈ ਕਿ 4 ਮਹੀਨੇ ਪਹਿਲਾਂ ਵੀ ਦਰਖਾਸਤ ਦਿੱਤੀ ਗਈ ਸੀ ਪਰ ਅਜੇ ਤੱਕ ਜੋ ਹੈ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ। ਲੋਕਾਂ ਨੇ ਜੋ ਹੈ ਅਪੀਲ ਕੀਤੀ ਹੈ ਪ੍ਰਸ਼ਾਸਨ ਤੋਂ ਕਿ ਉਹਨਾਂ ਦੀ ਇਸ ਜੋ ਹੈ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਪਠਾਨਕੋਟ ਤੋਂ ਸੋਨੂੰ ਗੁਪਤਾ ਦੀ ਰਿਪੋਰਟ, AMI ਨਿਊਜ਼ ਪੰਜਾਬ। ਕੀ ਹੈਗਾ ਮਾਮਲਾ ਸਰ? ਮੇਰਾ ਨਾਮ ਸ਼ਿਖਾ ਹੈ। ਇਹ ਸਾਡੀ ਗਲੀ ਹੈ, ਪੂਰੀ ਰੋਡ ਤੱਕ ਲੱਗਦੀ ਹੈ। ਅਸੀਂ ਜਦੋਂ ਇੱਥੋਂ ਲੰਘਦੇ ਹਾਂ ਇਹ ਸਾਡੇ ਨਾਲ ਗਾਲੀ ਗਲੋਚ ਕਰਦੇ ਆ, ਕਹਿੰਦੇ ਆ ਕਿ ਅਸੀਂ ਮਲ ਮਾਰੀ ਦੀ ਆ, ਅਸੀਂ ਤੁਹਾਨੂੰ ਇੱਥੋਂ ਨਹੀਂ ਲੰਘਣ ਦੇਣਾ। ਸਾਫ਼ ਕਹਿੰਦੇ ਆ ਮਲ ਮਾਰੀ ਦੀ ਆ, ਜੋ ਕਰਨਾ ਤੁਸੀਂ ਕਰ ਲਓ। ਜਗ੍ਹਾ ਪੰਚਾਇਤ ਦੀ ਹੈ, ਇਹ ਪੂਰੀ ਗਲੀ ਸਿੱਧੀ ਜਾਂਦੀ ਹੈ, ਪਰ ਇਹ ਸਾਨੂੰ ਲੰਘਣ ਨਹੀਂ ਦਿੰਦੇ। ਜੇ ਸਾਡੇ ਬੱਚੇ ਜਾਂਦੇ ਆ, ਹੁਣ ਇਹਨਾਂ ਨੇ ਗੋਹੇ ਦੇ ਢੇਰ ਲਾਏ ਦੇ ਆ, ਸਾਡੇ ਛੋਟੇ ਬੱਚੇ ਆ। ਅੱਗੇ ਤੁਸੀਂ ਸਭ ਨੂੰ ਦੇਖਿਆ ਕਿ ਕਹਿੰਦੇ ਕਿ ਪਾਣੀ ਇਕੱਠਾ ਨਹੀਂ ਹੁੰਦੇ ਨਾ, ਪਾਣੀ ਦਾ ਕੀ? ਇਹਨਾਂ ਨੇ ਗੋਹੇ ਦੇ ਢੇਰ ਲਾਏ, ਜੇ ਸਾਡੇ ਬੱਚੇ ਬਿਮਾਰ ਹੋ ਜਾਣ, ਬਿਮਾਰੀ ਦਾ ਘਰ ਹੈਗਾ। ਦੱਸੋ ਇਹਦਾ ਕੌਣ ਜ਼ਿੰਮੇਵਾਰ ਹੋਏਗਾ? ਕੌਣ ਹੈ, ਕੀ ਨਾਮ ਇਹਨਾਂ ਦਾ? ਇਹਨਾਂ ਦਾ ਨਾਮ ਹੈ ਫਾਦਰ ਸਾਹਿਬ ਜਨਕ ਔਰ ਵਾਈਫ ਆਫ ਕਾਲੀ ਦੇਵੀ। ਕੀ ਗੱਲਬਾਤ ਹੋਈ ਤੁਹਾਨੂੰ? ਨਿਰਮਲਾ ਦੇਵੀ ਜੀ ਮੇਰਾ। ਕੀ ਗੱਲਬਾਤ? ਗੱਲ ਤਾਂ ਕੁਛ ਵੀ ਨਹੀਂ, ਇਹ ਤਾਂ ਰਸਤਾ ਆ, ਠੀਕ ਹੈ, ਸਰਕਾਰੀ ਰਸਤਾ ਹੈ। ਇੱਥੇ ਮੈਨੂੰ ਆਏ ਜੀ ਨੂੰ 29 ਸਾਲ ਹੋਈ ਆ, ਬਾਕੀ ਅਸੀਂ ਇੱਥੋਂ ਲੰਘਣੇ ਹਾਂ, ਕਦੀ ਇੱਥੋਂ ਨਹੀਂ ਲੰਘਣਾ। ਇਹ ਰਸਤਾ ਹਾਨੀ ਮੈਂ ਸਰਕਾਰ ਕੋਲੋਂ ਰਸਤਾ ਲੈਦਾ, ਠੀਕ ਹੈ, ਮੈਂ ਸਰਕਾਰ ਕੋਲ ਲੈਦਾ, ਮੈਂ ਉਹ ਬਣਾਈ ਦੀਆਂ ਆ, ਕੀ ਬੋਲਦੇ ਆ ਉਹਨੂੰ, ਰਜਿਸਟਰੀ ਬਣਾਈ ਦੀਆਂ। ਅਤੇ ਜਦੋਂ DC ਕੋਲ ਜਾਂਦੀ ਆ ਉਦੋਂ ਰਜਿਸਟਰੀ ਨਹੀਂ ਦੱਸਦੀ, ਰਜਿਸਟਰੀ ਨਹੀਂ ਦੱਸਦੀ, ਸਾਰਿਆਂ ਕੋਲ ਗਏ ਆ। ਇਹਨਾਂ ਨੇ ਇਹ ਸਾਰਿਆਂ ਨੂੰ ਹੀ ਪੈਸੇ ਤਾਰ ਦਿੰਦੇ ਆ, ਪੈਸੇ ਤਾਰ ਦਿੰਦੇ ਆ ਕਿ ਉਹ ਇੱਥੇ ਕੋਈ ਆਵੇ ਨਾ। ਪਰ ਜਿਹੜੀ ਸਰਕਾਰੀ ਸੜਕ ਹੈ ਉਹ ਸਰਕਾਰੀ ਹੀ ਰਹਿਣੀ ਆ, ਜੋ ਮਰਜ਼ੀ ਕੋਈ ਬੋਲਦਾ ਰਹੇ, ਠੀਕ। ਅਸੀਂ ਆਉਂਦੇ ਹਾਂ, ਸਾਨੂੰ ਲੰਘਣ ਨਹੀਂ ਦਿੰਦੀ। ਇਹ ਹੈ ਵੀ ਇਹ ਬੰਦੇ ਮਾਰੇ, ਗਰੀਬ ਬੰਦੇ ਆ, ਅਤੇ ਇਹਦੀ ਥੋੜ੍ਹੀ ਬਹੁਤੀ ਸਰਕਾਰ ਹੈਲਪ ਕਰੇ। ਕੌਣ ਨਹੀਂ ਲੰਘਣ ਦਿੰਦਾ? ਇਹ ਜਨਕ ਰਾਜ, ਕਾਲੀ, ਸੋਨੂੰ। ਕੋਈ ਹੱਥਾਂ ਵੀ ਕੀਤੀ? ਨਹੀਂ ਨਹੀਂ ਨਹੀਂ, ਹੱਥੋਂ ਵਾਈ ਨਹੀਂ। ਕੀ ਮੰਗ ਕੀ ਕਰਦੇ? ਮੰਗ ਇਹ ਹੋਈ ਵੀ ਸਰਕਾਰੀ ਗਲੀ ਹੈ, ਠੀਕ ਨਾ, ਸਰਕਾਰੀ ਗਲੀ ਹੈ, ਇਹ ਰਸਤਾ ਖੁੱਲ੍ਹੇ ਜਾਏ। ਇਹ ਗੋਹਾ ਸੁੱਟਿਆ ਇਹਨਾਂ ਨੇ, ਡੰਗਰ ਬੰਨੇ ਦੇ ਆ, ਰਸਤਾ ਬੰਨੇ ਦਾ ਆ, ਟਰੈਲੀਆਂ ਲਾਈ ਦੀਆਂ, ਪਰ ਚੰਗਾ ਨਹੀਂ ਲੱਗਦਾ। ਸੜਕ ਨਹੀਂ ਕੋਈ ਬੰਦ ਕਰ ਸਕਦਾ, ਜਿਹੜਾ ਮਰਜ਼ੀ ਕੋਈ ਆਵੇ, ਠੀਕ ਨਾ। ਕਦੀ ਮੈਂ ਸਭ ਨੂੰ ਕੋਲ ਜਾਂਦੀ ਹਾਂ ਅਸੀਂ। ਹਾਂ, ਕੀ ਨਾਮ? ਸੰਤੋਸ਼। ਕੀ ਹੈਗਾ ਮਾਮਲਾ ਤੁਹਾਡਾ? ਮਾਮਲਾ ਇਹ ਵੀ ਸਾਨੂੰ ਜਦੋਂ ਅਸੀਂ ਮਕਾਨ ਲਿਆ, ਸਾਡੇ ਕਾਗਜ਼ਾਂ 'ਚ ਗਲੀ ਆਈ, ਇਹ ਵੀ ਗਲੀ ਆਈ, ਦੇਖੋ ਖੰਭਾ ਨਾਲ ਹੈ, ਠੀਕ ਹੈ। ਹੁਣ ਇਹਨਾਂ ਨੇ ਗੋਹਾ ਖਿਲਾਰੇ ਦਾ, ਸਾਡੇ ਬੱਚੇ ਛੋਟੇ ਛੋਟੇ, ਸਾਨੂੰ ਪਰੇਸ਼ਾਨੀ ਹੁੰਦੀ ਬੜੀ, ਜਾਈਏ ਤਾਂ ਲੜਾਈਆਂ ਕਰਦੇ ਆ। ਸਾਨੂੰ ਗਲੀ ਚਾਹੀਦੀ, ਚੱਪਲਾਂ ਦੋ ਵਿੱਚ ਪਈਆਂ, ਹਲੇ ਵੀ ਚੱਪਲਾਂ ਵਿੱਚ ਪਈਆਂ। ਕਿੰਨੇ ਟਾਈਮ ਹੋ ਗਿਆ ਇਦਾਂ ਦਾ ਕੀਤੇ ਇਹਨਾਂ ਨੂੰ? ਇਹ ਹੋ ਗਏ 2-3 ਮਹੀਨੇ, ਹੋ ਗਏ 4 ਮਹੀਨੇ ਲਾ ਲਓ। ਤੇ ਕੰਪਲੇਂਟ ਕੀਤੀ ਕਿ? ਹਾਂਜੀ, ਬਥੇਰੀ ਕੀਤੀ ਦੀ ਆ। ਅਸੀਂ ਕੰਪਲੇਨ ਕੀਤੀ ਦੀ ਆ, ਉਹ ਆਉਂਦੇ ਨਹੀਂ ਆ, ਅਸੀਂ ਜਦੋਂ ਵੀ ਲੰਘਦੇ ਉਦੋਂ ਗਾਲੀ ਗਲੋ। ਕੀ ਨਾਮ ਹੈ? ਕੀ ਹੈਗਾ ਸਾਰਾ ਮੈਟਰ? ਭਾਜੀ, ਮੇਰਾ ਨਾਮ ਕਮਲਜੀਤ ਹੈ। ਇੱਥੇ ਗਲੀ ਦਾ ਰੌਲਾ, ਸਾਨੂੰ 4 ਮਹੀਨੇ ਹੋ ਗਏ ਸਾਨੂੰ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਂਦੇ, ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ। ਅਸੀਂ ਨਿਸ਼ਾਨਦੇਹੀ ਕਰਵਾਉਣਾ ਚਾਹੁੰਦੇ ਸੀ, ਅਸੀਂ ਨਿਸ਼ਾਨਦੇਹੀ ਵਾਸਤੇ ਐਪਲੀਕੇਸ਼ਨ ਦਿੱਤੀ ਹੋਈ ਹੈ। 4 ਮਹੀਨੇ ਹੋ ਗਏ ਆ, ਕੋਈ ਨਹੀਂ ਆ ਰਿਹਾ ਇੱਥੇ ਨਿਸ਼ਾਨਦੇਹੀ ਕਰਨ, ਕੋਈ ਮੌਕਾ ਵੇਖਣ ਨਹੀਂ ਆਉਂਦੇ। ਅਤੇ ਅੱਜ ਇੰਨੀ ਕੁ ਹੱਦ ਹੋ ਗਈ ਹੈ ਕਿ ਤੁਸੀਂ ਗੋਹੇ ਦਾ ਢੇਰ ਦੇਖ ਸਕਦੇ ਹੋ, ਠੀਕ ਹੈ। ਇੱਥੇ ਬੱਚੇ ਰਹਿੰਦੇ ਨੇ, 100 ਤਰ੍ਹਾਂ ਦੀਆਂ ਬਿਮਾਰੀਆਂ, ਠੀਕ ਹੈ। ਡੇਂਗੂ ਹੈ, ਬੱਚੇ ਨੂੰ ਡੇਂਗੂ ਹੋ ਜਾਏ ਜਾਂ ਬੱਚੇ ਦੇ ਕੋਈ ਕੀੜ ਪਤੰਗਾ ਕੁਛ ਵੀ ਲੜ ਸਕਦਾ, ਉਹਦਾ ਜ਼ਿੰਮੇਵਾਰ ਕੌਣ ਹੈ? ਇਹਨਾਂ ਦੇ ਬਜ਼ੁਰਗ ਨੇ, ਉਹ ਵਾਰ ਵਾਰ ਤੜੀਆਂ ਕਰਾਉਂਦੇ, ਅਸੀਂ ਤੁਹਾਡੇ ਸਿਰ ਚੜ੍ਹ ਕੇ ਮਰਨਾ ਵਾ,
ਤੁਸੀਂ ਜੇ ਇੱਦਾਂ ਕੀਤਾ ਤੁਸੀਂ ਰਾਹ 'ਚੋਂ ਲੰਘਣਾ ਨਹੀਂ, ਤੁਸੀਂ ਫਲਾਣ, ਮਤਲਬ ਬੜੀਆਂ ਗੰਦੀਆਂ ਲੈਂਗੁਏਜ ਜਿਹੜੀ ਇਹ ਯੂਜ਼ ਕਰਦੇ ਸਾਡੀ ਲੇਡੀਜ਼ ਵਾਸਤੇ, ਸਾਡੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ, ਅਤੇ ਅਸੀਂ ਇਸ ਚੀਜ਼ ਤੋਂ ਬਹੁਤ ਤੰਗ ਆਏ ਪਏ ਹਾਂ। ਸਾਨੂੰ ਇਹ ਹੈ ਕਿ ਸਾਡਾ ਜਿਹੜਾ ਰਾਹ ਆ ਛੇਤੀ ਤੋਂ ਛੇਤੀ ਸਾਡਾ ਰਾਹ ਖਿਲਾਇਆ ਜਾਏ, ਠੀਕ ਹੈ। ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਕਿ ਜੋ ਜੇ ਪ੍ਰਸ਼ਾਸਨ ਸੁੱਤਾ ਆ ਤਾਂ ਪਲੀਜ਼ ਜਾਗੇ, ਕਿਉਂਕਿ ਸਾਨੂੰ 4 ਮਹੀਨੇ ਹੋ ਗਏ ਆ, ਅਸੀਂ ਵੀ ਹੋਰ ਗੇੜੇ ਨਹੀਂ ਮਾਰ ਸਕਦੇ। ਉਹ ਫਾਦਰ ਸਾਹਿਬ ਨੇ, ਉਹ ਹੈਂਡੀਕੈਪ ਨੇ, ਉਹਨਾਂ ਕੋਲ ਨਹੀਂ ਲੜਿਆ ਜਾ ਰਿਹਾ, ਠੀਕ ਹੈ ਜੀ। ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਜਿਹੜਾ ਕੰਮ ਹੈਗਾ ਇਹ ਪਹਿਲ ਦੇ ਆਧਾਰ 'ਤੇ ਕੀਤਾ ਜਾਏ। ਸਾਰੇ ਸਾਡੇ ਕੋਲ, ਮੇਰਾ ਨਾਮ ਪ੍ਰੇਮ ਲਾਲ ਹੈ ਜੀ, ਮੈਂ ਕੋਠੇ ਮਨਵਾਲ ਦਾ ਰਹਿਣ ਵਾਲਾ, ਇਹ ਮੇਰਾ ਘਰ ਹੈ। ਮੈਨੂੰ ਇੱਥੇ 23 ਸਾਲ ਹੋ ਗਿਆ ਪਲਾਟ ਲੈਦੇ, ਔਰ 23 ਸਾਲ ਤੋਂ ਇੱਥੋਂ ਲੰਘ ਰਹੇ ਹਾਂ। ਇਹਨਾਂ ਸਾਡੇ ਨਾਲ ਜ਼ਬਰਦਸਤੀ ਕਰ ਰਿਹਾ ਔਰ ਜ਼ਬਰਦਸਤੀ ਰਸਤਾ ਮਲ ਰਿਹਾ। ਰਸਤੇ 'ਚ ਗੋਹਾ ਲਾਇਆ ਦਾ, ਡੰਗਰ ਬੰਨੇ ਦੇ, ਟਰੈਲੀ ਲਾਈ ਦੀ ਆ, ਅੱਗੇ ਪੁਲੀ ਪੈ ਦੀ ਸੀ, ਪੁਲੀ ਤੋੜਤੀ ਜਾਣਾ, ਇਹ ਸਾਡੇ ਨਾਲ ਧੱਕਾ ਕਰ ਰਿਹਾ। ਮੈਂ ਅਪਾਹਿਜ ਬੰਦਾ, ਮੈਂ ਇਹਦੇ ਨਾਲ ਲੜ ਨਹੀਂ ਸਕਦਾ, ਝਗੜ ਨਹੀਂ ਸਕਦਾ, ਅਤੇ ਇਸ ਲਈ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਪਠਾਨਕੋਟ ਦਾ ਮੇਰੀ ਮਦਦ ਕਰੇ। ਮੇਰੀ ਹੈਲਪ ਹੋਣੀ ਚਾਹੀਦੀ ਹੈ, ਇਹ ਪ੍ਰਸ਼ਾਸਨ ਨੂੰ ਮੇਰੀ ਬੇਨਤੀ ਹੈ। ਪਹਿਲੇ ਵੀ ਕੰਪਲੇਂਟ ਕੀਤੀ? ਹਾਂਜੀ, ਪਹਿਲੇ ਮੈਂ DC ਸਾਹਿਬ ਨੂੰ ਕੰਪਲੇਂਟ ਕੀਤੀ ਹੈ 12 ਮਾਰਚ 2024 ਦੀ, DDPO ਸਾਹਿਬ ਨੂੰ 12 ਮਾਰਚ 2024 ਦੀ, ਉਹਨਾਂ ਨੂੰ ਵੀ ਕੰਪਲੇਂਟ ਕੀਤੀ ਦੀ ਹੈ, ਅਤੇ ਇੱਕ ਕੰਪਲੇਂਟ 23 ਮਾਰਚ ਮੈਂ 112 ਨੰਬਰ 'ਤੇ ਕੀਤੀ ਸੀ, ਔਰ ਥਾਣਾ ਜਿਹੜਾ ਹੈ ਉਹ ਜਗਿਆਲ ਤੋਂ ਇੱਥੇ ਆਏ ਸੀ, ਉਹਨਾਂ ਸਾਨੂੰ 24 ਮਾਰਚ ਨੂੰ ਸੱਦਿਆ, ਅਤੇ ਉਸ ਫੈਸਲਾ ਉਹ ਰਾਜ਼ੀਨਾਮਾ ਹਾਲੇ ਤੱਕ ਨਹੀਂ ਹੋਏਗਾ ਸਾਡਾ। ਉਹਨਾਂ ਇੱਕ ਕਾਗਜ਼ੀ ਦੇ ਉਹ ਫੈਸਲਾ ਕੀਤਾ ਕਿ ਇਹ ਰਸਤੇ ਨੂੰ ਕੋਈ ਨਹੀਂ ਰੋਕੇਗਾ, ਲੇਕਿਨ ਇਹਨਾਂ ਮੰਨਣ ਤੋਂ ਇਨਕਾਰ ਕਰਦਾ, ਇਹ ਬਦਮਾਸ਼ੀ ਦੱਸ ਰਿਹਾ ਸਾਨੂੰ, ਇਹ ਰੋਜ਼ ਸਾਡੇ ਨਾਲ ਝਗੜਾ ਕਰਦੇ। ਜੇ ਸਾਡੇ ਬੱਚੇ ਲੰਘਦੇ ਆ ਤਾਂ ਉਹਨਾਂ ਨੂੰ ਰਸਤਾ ਡੱਕਦੇ ਆ, ਜੇ ਸਾਡੀ ਜਨਾਨੀਆਂ ਲੰਘਦੀਆਂ ਤਾਂ ਇਹ ਗੋਹੇ 'ਚੋਂ ਲੰਘਣਾ ਪੈਂਦਾ ਔਰ ਇਹ ਸਾਡਾ ਰਸਤਾ ਡੱਕਦੇ ਆ। गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। प्रभदयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। प्रभदयाल गजाधारी ज्वेलर्स जो है पिछले 75 सालों से आप सभी का भरोसा, आपकी खुशियों के साथ। आशा पूर्णी मंदिर पठानकोट से, मनचंदा टावर ढलोजी रोड। कहीं सुना है रिटेल की दुकान पर होलसेल का दाम? जी हाँ, नव्या लेकर आया है डिजाइनर सूट्स, कुर्तीज और फैब्रिक्स। सबसे सस्ता सबसे अच्छा, डिफेंस रोड ममून पठानकोट। कॉन्टैक्ट 9614196141।